ਪਾਕਿਸਤਾਨ ਗਿਆ ਜਥੇ ਦੇ ਨਾਲੋਂ ਅਮਰਜੀਤ ਸਿੰਘ ਨਾਮ ਦਾ ਇੱਕ ਨੌਜਵਾਨ ਵਿਛੜ ਗਿਆ ਸੀ ਜਿਸ ਨੂੰ ਉਥੋਂ ਦੀ ਸਰਕਾਰ ਨੇ ਵਾਪਸ ਭਾਰਤ ਭੇਜ ਦਿੱਤਾ ਹੈ। ਜਦੋਂ ਹੀ ਅਮਰਜੀਤ ਵਾਗਾ ਬਾਰਡਰ ਤੇ ਪਹੁੰਚਾ ਤਾਂ ਉਸਦੇ ਮਾਤਾ ਪਿਤਾ ਉਸ ਨੂੰ ਮਿਲਣ ਦੇ ਲਈ ਉਥੇ ਪਹੁੰਚੇ। ਆਪਣੇ ਮਾਤਾ ਪਿਤਾ ਦੇ ਗੱਲ ਲਾ ਕੇ ਅਮਰਜੀਤ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਉਸਨੇ ਦੱਸਿਆ ਕਿ ਉਹ ਜਥੇ ਦੇ ਨਾਲ ਪਾਕਿਸਤਾਨ ਗਿਆ ਸੀ ਅਤੇ ਉਸ ਤੋਂ ਬਾਅਦ ਉਸਦਾ ਇੱਕ ਫੇਸਬੁੱਕ ਦੋਸਤ ਉਥੇ ਮਿਲ ਗਿਆ ਜਿਸ ਨੂੰ ਮਿਲਣ ਦੇ ਲਈ ਉਸਦੇ ਘਰੇ ਚਲਾ ਗਿਆ, ਪਰ ਉਸ ਨੂੰ ਪਤਾ ਨਹੀਂ ਚੱਲਿਆ ਕਿ ਉਸਦਾ ਵੀਜ਼ਾ ਖਤਮ ਹੋ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਉਸਨੇ ਕਿਹਾ ਕਿ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਸ ਨੇ ਸਹੀ ਸਲਾਮਤ ਉਹਨਾਂ ਨੂੰ ਭਾਰਤ ਭੇਜ ਦਿੱਤਾ ਹੈ। ਮੇਰਾ ਦੋਸਤ ਸੀ ਜਿਹੜਾ ਫੇਸਬੁੱਕ ਤੇ ਬਣਿਆ, ਮੈਂ ਉਹਦੇ ਕੋਲ ਨਹੀਂ ਸੀਗਾ, ਉਹ ਆਏ ਸੀਗੇ ਮੈਨੂੰ ਮਿਲਣ, ਮੈਂ ਉੱਥੇ ਰਹਿ ਗਿਆ, ਮੇਰਾ ਵੀਜ਼ਾ ਐਕਸਪਾਇਰ ਹੋ ਗਿਆ ਸੀਗਾ। ਪਰ ਜਿਹੜਾ ਤੁਹਾਡਾ ਦੋਸਤ ਆ ਉਹਦਾ ਇਹ ਕਹਿਣਾ ਹੈ ਕਿ ਤੁਸੀਂ ਉਹਨਾਂ ਕੋਲ ਗਏ ਸੀ ਔਰ ਤੁਸੀਂ ਇਹ ਕਿਹਾ ਕਿ 3 ਕਿੱਲੇ ਦਾ 3 ਮਹੀਨੇ ਦਾ ਤੁਹਾਡੇ ਕੋਲ ਵੀਜ਼ਾ ਹੈ। ਨਹੀਂ ਨਹੀਂ ਉਹ ਗਲਤ ਹੈ, ਮੈਂ ਕੁਝ ਨਹੀਂ ਕਹਿ ਰਿਹਾ, ਮੈਂ ਯਾਤਰਾ ਵਾਸਤੇ ਗਿਆ ਸੀਗਾ, ਬਸ ਮੇਰਾ ਹੋਰ ਕੋਈ ਮਸਲਾ ਨਹੀਂ। ਨਹੀਂ ਕੋਈ ਕਦੇ ਨਹੀਂ, ਨਹੀਂ ਸਾਰੀਆਂ ਫੇਕ ਆਈਡੀਆਂ ਨੇ, ਮੈਂ ਕੁਝ ਨਹੀਂ, ਮੈਨੂੰ ਨੀ ਪਤਾ ਸੀ, ਮੈਨੂੰ ਇਹ ਲੱਗਾ ਸੀ ਕਿ ਮੇਰਾ ਵੀਜ਼ਾ 15 ਦਿਨਾਂ ਦਾ ਹੈ। ਹਾਂਜੀ ਮੈਂ ਰਹਿ ਗਿਆ, ਨਹੀਂ ਮੈਂ ਪਾਸਪੋਰਟ ਜਮ੍ਹਾਂ ਹੋ ਗਿਆ ਸੀ ਪਾਕਿਸਤਾਨ ਵਿੱਚ, ਕੋਈ ਪ੍ਰੋਬਲਮ ਆਈ? ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ। ਬੈਂਕ ਲੈ ਕੇ ਆਏ, ਥੈਂਕ ਯੂ ਪਾਕਿਸਤਾਨ ਦਾ ਕੀ ਮਤਲਬ ਹੈ ਸਾਰਾ? ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ, ਮੇਰਾ ਵੀਜ਼ਾ ਐਕਸਪਾਇਰ ਹੋ ਗਿਆ ਸੀਗਾ। ਹਾਂਜੀ ਮੇਰੀ ਬਹੁਤ ਉਹਨਾਂ ਨੇ ਹੈਲਪ ਕੀਤੀ। ਤੁਸੀਂ ਆਪਣੀ ਇੱਕ ਤੁਹਾਡੀ ਵੀਡੀਓ ਆਈ ਜਿਹਦੇ ਵਿੱਚ ਤੁਸੀਂ ਇਹ ਕਿਹਾ ਕਿ ਮੈਂ ਆਪਣੇ ਦੋਸਤ ਕੋਲ ਆਇਆ ਸੀ, ਉਹਨੂੰ ਇਹ ਕਿਹਾ ਕਿ 3 ਮਹੀਨੇ ਦਾ ਮੈਂ ਮੇਰੇ ਕੋਲ ਵੀਜ਼ਾ ਹੈਗਾ, ਉਹ ਵੀਡੀਓ ਤੁਹਾਡੇ ਕੋਲ ਜ਼ਬਰਦਸਤੀ ਕਰਾਇਆ ਬੁਲਵਾਇਆ ਗਿਆ? ਨਹੀਂ ਨਹੀਂ ਨਹੀਂ, 1.5 ਮਹੀਨੇ ਦਾ ਗਿਆ ਸੀਗਾ ਮੈਂ, 1.5 ਮਹੀਨੇ ਦੀ ਉਹ ਮੈਂ ਆਪ ਬੋਲਿਆ ਸੀਗਾ। ਜੱਥੇ ਦੇ ਵਿੱਚ ਆਪਣੇ ਆਪ ਚਲੇ ਗਏ ਸੀ ਜਾਂ ਕੋਈ ਲੈ ਕੇ ਗਿਆ? ਨਹੀਂ ਨਹੀਂ ਮੈਂ ਆਪ ਗਿਆ ਸੀਗਾ, ਬਾਹਰ ਨਹੀਂ ਗਿਆ ਮੈਂ, ਨਨਕਾਣਾ ਸਾਹਿਬ ਸੀਗਾ। ਤੁਹਾਨੂੰ ਲੱਗਦਾ ਗਲਤੀ ਹੋਈ ਹੈ ਤੁਹਾਡੇ ਕੋਲ? ਹਾਂਜੀ ਮੇਰੇ ਕੋਲ ਇਹੋ ਗਲਤੀ ਹੋਈ ਕਿ ਮੈਂ ਉੱਥੇ ਵੀਜ਼ਾ 15 ਦਿਨਾਂ ਦਾ ਸਮਝ ਬੈਠਾ ਸੀਗਾ। ਜੱਥੇ 'ਚ ਜਾਣਾ ਸਿਰਫ ਤੁਹਾਡਾ ਕਰ ਰਹੇ ਹੋ ਕਿ 1.5 ਮਹੀਨੇ ਦਾ ਵੀਜ਼ਾ ਤੁਸੀਂ ਆਪ ਬੋਲੇ ਹੋ ਪਰ 15 ਦਿਨ ਦਾ ਤੁਸੀਂ ਸਮਝ ਰਹੇ ਹੋ, ਇਹ ਗੱਲ ਜਿਹੜੀ ਆ ਸਮਝ 'ਚ ਨਹੀਂ ਆ ਰਹੀ। ਨਹੀਂ ਜੀ ਮੈਂ ਕਿਹਾ ਮੈਂ ਇਹੀ ਸਮਝ ਰਿਹਾ ਸੀ ਕਿ ਮੇਰਾ ਵੀਜ਼ਾ 15 ਦਿਨਾਂ ਦਾ, ਲੇਕਿਨ ਉਹ 10 ਦਿਨਾਂ ਦਾ ਵੀਜ਼ਾ ਐਕਸਪਾਇਰ। ਤੁਸੀਂ ਵੀਡੀਓ 'ਤੇ ਬੋਲਿਆ ਕਿ 1.5 ਮਹੀਨੇ ਦਾ, ਤੁਸੀਂ ਹੁਣੇ ਵੀ ਬੋਲੇ ਹੋ। ਨਹੀਂ ਨਹੀਂ ਮੈਂ ਉਹਨਾਂ ਨੂੰ ਮੈਂ ਮਲੇਸ਼ੀਆ ਰਿਹਾ ਜੀ 1 ਸਾਲ, ਤੁਹਾਨੂੰ ਮੈਂ ਪਾਸਪੋਰਟ ਨਹੀਂ ਦੇਖਿਆ, ਮੇਰਾ ਜਮ੍ਹਾਂ ਕਰ ਲਿਆ ਸੀਗਾ ਮੈਂ ਫੋਰਨ ਬਾਅਦ, ਇਹ ਤਾਂ ਵਾਗਾ ਬਾਰਡਰ ਤੋਂ ਜਾਂਦੇ ਨੇ ਬਹਾਨੇ ਸਿਰ ਗਏ ਸੀ ਕਿ ਤੁਹਾਡਾ ਮੇਨ ਮਕਸਦ ਤੁਸੀਂ ਕੀ ਲੱਗਦੇ ਜੀ ਉਹਨਾਂ ਦੇ? ਉਹਦੇ ਮੰਮੀ ਲੱਗਦੇ ਨੇ। ਔਰ ਅੱਜ ਉਹ ਘਰ ਆ ਰਹੇ ਹੈ, ਕਿਸ ਕੀ ਕਹਿਣਾ ਤੁਹਾਡਾ ਔਰ ਕਿਸ ਤਰ੍ਹਾਂ ਸ਼ੁਕਰ ਕਰ ਰਹੇ ਉਸ ਰੱਬ ਦਾ? ਮੈਂ ਕਹਿਣਾ ਚਾਹੁੰਦਾ ਮੈਂ ਧੰਨਵਾਦ ਸਾਨੂੰ ਬੇਟਾ ਵਾਪਸ ਮਿਲ ਗਿਆ, ਬਹੁਤ ਠੀਕ ਹੋਊਗੀ ਕਿ ਜਿਹੜੇ ਇਸ ਤਰ੍ਹਾਂ ਦੇ ਬੱਚੇ ਜਾਂ ਆਪਣੀ ਗਲਤੀ ਕਰ ਜਾਂਦੇ ਆ ਕਿ ਗਲਤੀ ਤੋਂ ਬਾਅਦ ਸਾਰੇ ਖਾਸ ਕਰਕੇ ਆਪਣੇ ਮਾਂ ਪਿਓ ਨੂੰ ਔਰ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਹਾਂਜੀ ਹਾਂਜੀ ਇਹ ਬੱਚੇ ਫਿਰ ਗਲਤ ਕਰਦੇ ਨੇ, ਬੱਚੇ ਨੂੰ ਮਾਂ ਔਰ ਇੱਕ ਨੂੰ ਗਿਆ ਸੀ ਕਿਸੇ ਰਹਿ ਗਿਆ ਵੀਜ਼ਾ ਲਾ ਕੇ ਲਾਏ ਸੀ ਜਥੇ ਰਹਿ ਗਿਆ ਨੰਕਾਰਾ ਸਾਹਿਬ ਦਰਸ਼ਨ ਕਰਨ ਗਿਆ ਸੀ ਉਦੋਂ ਪਹੁੰਚ ਗਿਆ ਵਾ ਸਾਨੂੰ ਬੱਚਾ ਹੁਣ ਮਿਲ ਗਿਆ ਸਾਨੂੰ ਬਹੁਤ ਖੁਸ਼ੀ। ਇਸ ਦੇ ਨਾਲ ਹੀ ਅਮਰਜੀਤ ਦੀ ਮਾਤਾ ਤੇ ਪਿਤਾ ਦਾ ਕਹਿਣਾ ਕਿ ਉਹ ਬਹੁਤ ਹੀ ਖੁਸ਼ ਨੇ ਕਿ ਉਹਨਾਂ ਦਾ ਬੇਟਾ ਅੱਜ ਸਹੀ ਸਲਾਮਤ ਵਾਪਸ ਭਰਤ ਆਇਆ। ਇਸ ਦੇ ਨਾਲ ਹੀ ਉਹ ਮੀਡੀਆ ਦਾ ਧੰਨਵਾਦ ਵੀ ਕਰਦੇ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਉਹਨਾਂ ਦੇ ਬੇਟੇ ਨੂੰ ਘਰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਦੱਸਣਯੋਗ ਕਿ ਅਮਰਜੀਤ ਸਿੰਘ ਨਾਮ ਦਾ ਇੱਕ ਨੌਜਵਾਨ ਵਿਸਾਖੀ ਮਨਾਉਣ ਦੇ ਲਈ ਪਾਕਿਸਤਾਨ ਵਿਖੇ ਇੱਕ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਗਿਆ ਸੀ ਜਿੱਥੇ ਉਹਨਾਂ ਦੇ ਨਾਲੋਂ ਵਿਛੜ ਗਿਆ ਸੀ। ਬਿਊਰੋ ਰਿਪੋਰਟ, VPT ਨਿਊਜ਼।